हेलो, मेरा नाम चौधरी राजेंद्र ने जी रहेगा ते मैं पंडोरी ने जरा से जाट हैगा। चौधरी जरा गुजरा ते जट्टा दा कड़शी टाइटल हैगा, तखल्लस जिदा जेडे दुकानदारी करते ने वो लाले हैगे ने। सतगुरु नानक देव जी खत्री सन, वो लाले सन ते बाणिया ते इकलाल ਭਾਟੀਆ ਇਹ ਸਭ ਲਾਲੇ ਹੈਗੇ ਨੇ ਤੇ ਲਾਲੇ ਹੁੰਦੇ ਲਾਲਚੀ ਤੇ ਕਲਯੁਗ ਵਿੱਚ ਲਾਲਚ ਜਿਹੜਾ ਇਹ ਬਹੁਤ ਵਧੀਕ ਹੁੰਦਾ ਹੈਗਾ। ਇਸ ਕਰਕੇ ਇਹ ਦਾ ਇਲਾਜ ਕਰਨ ਲਈ ਫਿਰ ਸਪਿਰਚੁਅਲ ਡਾਕਟਰ ਆਉਂਦਾ ਹੈਗਾ ਨਾਨਕ। ਇਹ ਉਹਨਾਂ ਦੇ ਘਰ ਆਊਗਾ ਜਿਹੜੇ ਬਿਮਾਰ ਹੈਗੇ ਨੇ, ਤੰਦਰੁਸਤਾਂ ਦੇ ਨਹੀਂ ਆਉਂਦਾ। ਖੱਤਰੀ ਬਿਮਾਰ ਸਨ, ਇਹਨਾਂ ਦੇ ਘਰ ਆਏ ਤੇ ਇਹਨਾਂ ਨੇ ਉਹਨਾਂ ਨੂੰ ਦੁਰਕਾਰਿਆ, ਯਾਨੀ ਕਿ ਠੁੱਡੇ ਮਾਰੇ। ਸਤਿਗੁਰੂ ਨਾਨਕ ਦੇਵ ਜੀ ਦੇ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਸਤਿਗੁਰੂ ਅੰਗਦ ਦੇਵ ਜੀ ਨਾਲ ਨਫ਼ਰਤ ਕੀਤੀ। ਸਤਿਗੁਰੂ ਅੰਮ੍ਰਿਤ ਅੰਗਦ ਦੇਵ ਜੀ ਦੇ ਮੁੰਡਿਆਂ ਨੇ ਸਤਿਗੁਰੂ ਅਮਰਦੇਵ ਜੀ ਦੇ ਨਾਲ ਨਫ਼ਰਤ ਕੀਤੀ ਤੇ ਇਸ ਤਰ੍ਹਾਂ ਇਹ ਹਿਸਾਬ ਚੱਲਦਾ ਆਇਆ ਹੈਗਾ। ਜੇ ਕਿਸੇ ਨੂੰ ਇਲਮ ਹੈਗਾ ਇਹਨਾਂ ਚੀਜ਼ਾਂ, ਜੇ ਕੋਈ ਆਰਟੀਕਲ ਹੈਗਾ ਉਹ ਮੈਨੂੰ ਭੇਜੋ ਲਿੰਕ ਤੇ ਮੈਂ ਉਹਦਾ ਵੀਡੀਓ ਬਣਾਵਾਂ। ਤੇ ਇਸ ਕਰਕੇ ਜੱਟਾਂ ਨੇ ਸਾਰਿਆਂ ਨੂੰ ਜ਼ਿਆਦਾ ਅਪਣਾਇਆ ਹੈਗਾ। ਇਸ ਕਰਕੇ 70% ਜੱਟ ਜਿਹੜੇ ਸੀਗੇ ਉਹਨਾਂ ਸਿੱਖੀ ਅਪਣਾਈ ਤੇ ਲੈੱਸ ਦੈਨ 1% ਜਿਹੜੇ ਸੀ ਖੱਤਰੀ ਸੀਗੇ ਉਹਨਾਂ ਨੇ ਸਿੱਖੀ ਅਪਣਾਈ ਤੇ ਅਰੋੜਿਆਂ ਨੇ 1.5% ਅਪਣਾਈ ਹੈਗੀ। ਇਹ ਮੈਕਲੋਇਡ ਨੇ ਕਿਤਾਬ ਵਿੱਚ ਲਿਖਿਆ ਹੈਗਾ। ਅਤੇ ਅੱਜ ਕੱਲ੍ਹ ਇਹ ਖੱਤਰੀ ਜਿਹੜੇ ਪ੍ਰਧਾਨ ਬਣੀ ਬੈਠੇ ਨੇ, ਕਿਉਂ ਇੱਦਾਂ ਹੀ ਜਿਹੜੇ ਪੀਪਲ ਸੀਗਾ ਜੁੱਡਾ ਟ੍ਰਾਈਬ ਦੇ, ਜਦੋਂ ਜੀਜ਼ੇ ਸੀਗਾ ਜੀਂਦਾ ਉਹਨੂੰ ਮਾਰਿਆ, ਮਾਰ ਕੇ ਤੇ ਹੁਣ ਉਹਦੇ ਮੈਮੋਰੀਅਲ ਬਣਾ ਕੇ ਅਤੇ ਹੁਣ ਉਹਦੇ ਪ੍ਰਧਾਨ ਬਣੇ। ਫਿਰ ਵੀ ਸਾਡਾ ਸੀਗਾ ਜੀ ਜੀਜ਼ਸ, ਜੁੱਡਾ ਟ੍ਰਾਈਬ ਦਾ ਸੀਗਾ ਜੀ, ਯਾਨੀ ਕਿ ਇਹ ਉਹਦੀ ਅਗਵਾਈ ਹੈਗੀ ਕਿ ਜੁੱਡਾ ਟ੍ਰਾਈਬ ਦੇ ਲੋਕਾਂ ਨੇ ਉਹਨਾਂ ਨੂੰ ਮਾਰਿਆ ਸੀਗਾ। ਇੱਦਾਂ ਹੀ ਇਹ ਹੁਣ ਖੱਤਰੀ ਕਹਿੰਦੇ ਸਾਡੇ ਨਾਨਕ ਜੀ ਸਾਡਾ ਖੱਤਰੀ ਸੀਗਾ। ਅਤੇ ਜਦੋਂ ਖੱਤਰੀਆਂ ਦੇ ਬਰਖਿਲਾਫ ਮੈਂ ਕਹਿੰਦਾ ਵੀ ਉਹ ਸਾਰਿਆਂ ਨੂੰ ਲਾਲਚੀ ਸੀਗੇ ਅਤੇ ਉਹਨਾਂ ਨੇ ਤਸੀਹੇ ਦਿੱਤੇ, ਫਿਰ ਕਹਿੰਦਾ ਤੂੰ ਤੂੰ ਨਾਨਕ ਨੂੰ ਵੀ ਕਹਿੰਦਾ ਵੀ ਉਹ ਵੀ ਖੱਤਰੀ ਸੀਗੇ, ਉਹਨਾਂ ਨੂੰ ਵੀ ਬੁਰਾ ਕਹਿੰਦਾ। ਇੱਦਾਂ ਦੇ ਹਰਾਮੀ ਹੈਗੇ ਉਹ, ਇਹ ਸਾਲਟਲੈਸ ਪੀਪਲ ਹੈਗੇ ਨੇ, ਇਹਨਾਂ ਨੂੰ ਕਹੀਦਾ ਨਮਕ ਹਰਾਮੀ। ਅਤੇ ਇੱਥੇ ਮੈਂ ਕਰ ਰਿਹਾ ਹੈਗਾ ਰਾਮਕਲੀ ਮਹੱਲਾ 5 ਹੈਗਾ। ਤ੍ਰੈ ਗੁਣ ਰਹਿਤ ਰਹੇ ਨਰਾਰੀ, ਇਹ ਜਿਹੜਾ ਹੈਗਾ ਚੌਥਾ ਹੈਗਾ, ਜਿਹੜਾ ਇਹ ਚੌਥਾ ਪਦ ਤੁਰੀਆ ਪਦ, ਤੁਰੀਆ ਇਹਨੂੰ ਕਹਿੰਦੇ ਨੇ। ਇਹ ਜਿਹੜਾ ਹੈਗਾ ਇਹ ਰਜੋ ਤਮੋ ਅਤੇ ਸਤੋ ਤੋਂ ਅਲੈਦਾ ਹੈਗਾ, ਉਹਦੇ ਵਿੱਚ ਨਹੀਂ ਆਉਂਦਾ। ਇਹ ਹੈਗਾ ਨਾ ਆਹ ਹੈਗਾ ਨਾ ਜਿਹੜਾ ਵੰਸ ਬੋਰਨ ਅਕੀਜਾ, ਜਿਹਨੂੰ ਸੁਰਤੀ ਨੇ ਬੇਮੁੱਖ, ਇਹ ਹੁੰਦਾ ਰਜੋ। ਇਹਨੂੰ ਖਾਣ ਮਜ਼ਦੂਰ ਹੁੰਦਾ ਹੈਗਾ, ਉਹਨੂੰ ਤੁਸੀਂ ਰੋਟੀ ਰੱਜ ਕੇ ਦੇ ਦਿਓ ਬੜਾ ਖੁਸ਼ ਹੁੰਦਾ, ਫਿਰ ਕੰਮ ਕਰਦਾ। ਜੇ ਰੋਟੀ ਨਾ ਦਿਓ ਮੂੰਹ ਲਮਕ ਲਮਕਾਉਂਦਾ ਅਤੇ ਨਾਲੇ ਫਿਰ ਉਹ ਕੰਮ ਨਹੀਂ ਕਰਦਾ। ਇਹਨੂੰ ਥੋੜ੍ਹੀ ਵਡਿਆਈ ਕਰ ਦਿਓ ਅਤੇ ਬੜਾ ਫਿਰ ਕੰਮ ਕਰਦਾ ਹੈਗਾ। ਇਹ ਹੈਗਾ ਰਜੋ। ਤਮੋ ਜਿਹੜਾ ਹੈਗਾ ਚਲਾਕ ਹੈ, ਚਤੁਰ ਚਲਾਕ, ਇਹਦੀ ਤਮਾ ਹੈਗੀ ਰਾਜ ਕਰਨ ਦੀ, ਪੈਸਾ ਕਮਾਉਣ ਦੀ, ਲਾਲਚੀ ਜਿੱਦਾਂ ਖੱਤਰੀ ਹੈਗੇ ਇਹਨਾਂ 'ਚ ਸਾਰਿਆਂ ਨਾਲੋਂ ਜ਼ਿਆਦਾ ਤਮੋ ਹੈਗੀ। ਅਤੇ ਹੁਣ ਬਾਦਲ 'ਚ ਵੀ ਦੇਖ ਲਓ ਕਿੰਨੀ ਤਮੋ ਹੈਗੀ। ਅਤੇ ਇਹ ਹੈਗੇ ਨੇ ਸ਼ੈਤਾਨ, ਅਤੇ ਇਹ ਹੈਗੇ ਗੁਰਮੁਖ। ਇਹਨਾਂ 'ਚ ਤਮੋ ਨਹੀਂ ਹੈਗੀ, ਇਹਨਾਂ 'ਚ ਸਤੋ ਹੈਗੀ, ਇਹਨਾਂ ਨੂੰ ਸੱਤ ਦੀ ਲੋੜ ਹੈਗੀ, ਸੱਤ ਨੂੰ ਢੂੰਡਦੇ ਫਿਰਦੇ ਨੇ ਉਹ। ਅਤੇ ਇੱਥੇ ਜਦੋਂ ਪਹੁੰਚ ਜਾਂਦਾ ਆਦਮੀ ਚੌਥੀ ਬਿਰਤੀ ਚਿੱਤ ਬਿਰਤੀ 'ਚ, ਇੱਥੇ ਫਿਰ ਤੁਰਿਆ ਅਵਸਥਾ ਆ ਜਾਂਦੀ, ਰਜੋ ਥਮੋ ਅਤੇ ਤੁਰਿਆ ਅਵਸਥਾ, ਦੁਤੀਆ ਨਸਤੇ, ਯਾਨੀ ਕਿ ਜਿਹੜੀ ਦੁਨਿਆਵੀ ਦੁਨੀਆ ਹੈਗੀ ਇਹਨਾਂ ਲਈ ਖਤਮ ਹੈਗੀ। ਇਹ ਪਿਓਰਲੀ ਸਪਿਰਚੁਅਲ,
ਇੱਥੇ ਤਾਂ ਜਾਮੀ ਦੁਨਿਆਵੀ ਰਹਿੰਦਾ ਹੈਗਾ, ਇੱਥੇ ਵੇ ਪਿਓਰਲੀ ਸਪਿਰਚੁਅਲ। ਅਤੇ ਸਤਿਗੁਰੂ ਅਰਜਨ ਦੇਵ ਜੀ ਇਸ ਪਦਵੀ 'ਚ ਸੀਗੇ, ਚਿੱਤ ਬਿਰਤੀ ਚੌਥੇ ਪਦੇ 'ਚ, ਜਿਵੇਂ ਕਿ ਭਗਤ ਕਬੀਰ ਜੀ ਸੀਗੇ ਚੌਥੇ ਪਦ ਦੇ, ਰਵਿਦਾਸ ਜੀ ਸਾਰੇ ਜਿਹੜੇ ਭਗਤ ਸੀ ਉਹ ਚੌਥੇ ਪਦ ਦੇ ਸੀਗੇ। ਉਹਨਾਂ 'ਚ ਪੈਸੇ ਪੂਸੇ ਦੀ ਕੋਈ ਤਵੋ ਨਹੀਂ ਸੀਗੀ। ਰਵਿਦਾਸ ਜੀ ਨੂੰ ਦੇ ਗਿਆ ਸੀ ਇੱਕ ਪੱਥਰ ਵੀ, ਆ ਜਦੋਂ ਮਾਇਆ ਦੀ ਜੂਤ ਫੇਰਦੇ ਨੂੰ ਘਸਾ ਲਿਆ, 'ਚ ਮਾਇਆ ਤੁਹਾਡੇ ਕੋਲ ਆਜੂਗੀ। ਉਹਨਾਂ ਨੇ ਉੱਥੇ ਹੀ ਜਿੱਥੇ ਉਹ ਰੱਖ ਗਿਆ ਸੀ ਉੱਥੇ ਹੀ ਰਹਿਣ ਦਿੱਤਾ, ਉਹਨੂੰ ਹੱਥ ਨਹੀਂ ਲਾਇਆ। ਤੋ ਆਇਆ ਤਾਂ ਫਿਰ ਵੀ ਕਿੱਦਾਂ ਜੀ ਕਿੱਦਾਂ, ਕਹਿੰਦਾ ਜਿੱਥੇ ਰੱਖਿਆ ਉੱਥੋਂ ਚੱਕ ਲਿਆ ਬਈ। ਇਹ ਹੁੰਦੀ ਇਹਨਾਂ ਜੀ 'ਚ ਤਮੋ ਨਹੀਂ ਹੁੰਦੀ, ਇਹਨਾਂ 'ਚ ਬਿਲਕੁਲ ਨਹੀਂ ਹੁੰਦੀ। ਅਤੇ ਇਹ ਹੈਗਾ, ਸੋਚਿਆ ਸੋਚ ਨਾ ਹੋਈ ਜੇ ਸੋਚੀ ਲਖਵਾਰ ਹੋਵੇ, ਮਨ ਬਿਰਤੀ ਦਾ ਆਦਮੀ ਜਿਹੜਾ ਹੈ ਚੁੱਪਿਆ ਚੁੱਪ ਨਾ ਹੋਈ, ਜੇ ਲੈ ਰਹਾਂ ਲਵਤਾਰ ਬੁੱਧੀ ਬੁੱਧੀ ਬਿਰਤੀ ਦਾ ਜਿਹੜਾ ਹੈਗਾ, ਭੁੱਖਿਆਂ ਭੁੱਖ ਨਾ ਉਤਰੇ ਜੇ ਬੜਨਾ ਪੁੜੀਆਂ ਪਾਰ ਸਤੋ। ਅਤੇ ਇਹ ਜਿਹੜੇ ਹੈਗੇ ਨੇ ਚਿੱਤ ਬਿਰਤੀ ਦੇ, ਸਹਿਣ ਸਿਆਪਾ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ, ਯਾਨੀ ਆਹ ਸਿਆਣਪ ਜਿੰਨੀਆਂ ਮਰਜ਼ੇ ਉਹ ਨਹੀਂ ਨਾਲ ਜਾਂਦੀਆਂ। ਇਸੇ ਕਰਕੇ ਇਸੇ 'ਚ ਇਹ ਦੱਸਿਆ ਵੀ ਆਹ ਜਿਹੜੀ ਤਿੰਨ ਗੁਣੀ ਮਾਇਆ ਦਾ ਇਲਮ ਜਿੰਨਾ ਵੀ ਹੋਵੇ, ਇਹ ਇਸ ਤਰੀਕ ਇਸ ਨੂੰ ਦੱਸ ਨਹੀਂ ਸਕਦਾ, ਇਸ ਦੀ ਪਰਖ ਨਹੀਂ ਕਰ ਸਕਦਾ। ਉਹ ਇਹਦੀ ਪਰਖ ਅਕਾਲ ਪੁਰਖ ਕਰਾਉਂਦਾ ਹੈਗਾ ਤੁਹਾਨੂੰ ਮਿਹਰ ਨਾਲ। ਜੇ ਉਹਦੀ ਮਿਹਰ ਹੋਵੇ ਤਾਂ ਤਦ ਨਾਮ ਮਿਲਦਾ, ਨਹੀਂ ਤਾਂ ਨਹੀਂ ਮਿਲਦਾ। ਇਸ ਇੱਥੇ ਤਾਂ ਸਾਇੰਸ ਜਿਹੜੀ ਹੈ ਸਟੱਡੀ ਕਰ ਸਕਦੀ ਇਹਨਾਂ ਨੂੰ, ਕੁਦਰਤ ਨੂੰ। ਅਤੇ ਇਸ ਕਰਕੇ ਇੱਥੇ ਤਦੇ ਸਤਿਗੁਰੂ ਅਰਜਨ ਜੀ ਕਹਿੰਦੇ ਮੈਂ ਤਾਂ ਅਗਿਆਨੀ ਹੈਗਾ, ਮੈਨੂੰ ਆਹ ਗਿਆਨ ਗਿਉਨ ਕੁਛ ਨਹੀਂ ਹੈਗਾ, ਅਗਿਆਨੀ ਹੈਗਾ, ਤੇਰੇ ਗਲੇ ਨਾਲ ਲੱਗਿਆ, ਹੁਣ ਤੇਰਾ ਗਲਾ ਮੈਂ ਤੇਰਾ ਬੁਲਾਰਾ ਬਣ ਗਿਆ, ਇਹ ਮੈਂ ਛੱਡ ਦਿੱਤਾ ਸਾਰਾ ਕੁਛ। ਅਤੇ ਇਹ ਹੈਗੀ ਇਹਦੀ ਇੰਟਰੋਡਕਸ਼ਨ, ਲਓ ਹੁਣ ਤੁਹਾਨੂੰ ਸਮਝ ਆ ਜਾਏਗੀ। ਤ੍ਰੈ ਗੁਣ ਰਹਿਤ ਰਹੇ ਨਿਆਰੀ, ਤੋ ਤਿੰਨਾਂ ਗੁਣਾਂ ਤੋਂ ਨਿਆਰੀ ਰਹਿੰਦੀ ਹੈਗੀ ਜਿਹੜੀ ਸੁਹਾਗਨ ਹੈਗੀ। ਸੁਹਾਗਨ ਉਹ ਹੋਏਗੀ ਜਿਹਦੇ ਅੰਦਰ ਸਤਿਗੁਰੂ ਹੈਗਾ, ਕ੍ਰਾਈਸਟ ਕਹੀਦਾ ਸਤਿਗੁਰੂ। ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪੁਰ। ਸਾਧਕ ਸਿੱਧ ਨਾ ਜਾਣੇ, ਆ ਜਿਹੜੇ ਸਾਧਕ ਸਿੱਧ ਹੈਗੇ ਨੇ, ਆ ਜਿਹੜੇ ਕਰਾਮਾਤ ਕਰਦੇ ਜਾਂ ਇੱਦਾਂ ਕਰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੈਗਾ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰੂ ਕੇ ਖਜ਼ਾਨੇ, ਰਤਨ ਕੋਠੜੀ ਜਿਹੜੀ ਹੈਗੀ ਉਹ ਅੰਮ੍ਰਿਤ ਨਾਲ ਭਰੀ ਹੋਈ ਹੈਗੀ, ਅੰਮ੍ਰਿਤ ਨਾਲ ਭਰੀ ਹੋਈ ਹੈਗੀ। ਸਤਿਗੁਰੂ ਕੇ ਖਜ਼ਾਨੇ, ਉਹ ਜਿਹੜੇ ਸਤਿਗੁਰੂ ਹੈਗਾ ਤੁਹਾਡੇ ਅੰਦਰ, ਉਹਦੇ ਖਜ਼ਾਨੇ ਹੈਗੇ ਨੇ। ਸਤਿਗੁਰੂ ਜਿਹੜਾ ਹੈਗਾ ਇਹ ਕਰਦਾ ਲੌਜੀਕਲ ਰੀਜ਼ਨਿੰਗ, ਲੌਜੀਕਲ ਰੀਜ਼ਨਿੰਗ ਤੁਸੀਂ ਖੁਦ ਕਰਨੀ, ਕਿਸੇ ਨੇ ਕਰਕੇ ਨਹੀਂ ਦੇਣੀ ਤੁਹਾਡੇ ਲਈ। ਇਸ ਲਈ ਜਿਹਦੇ ਅੰਦਰ ਸਤਿਗੁਰੂ ਹੈਗਾ ਉਹ ਇਹ ਖਜ਼ਾਨੇ ਪਾਉਂਦਾ ਹੈਗਾ, ਅਤੇ ਉਹ ਹੋਏਗਾ ਉਹ ਕਿਸੇ ਨੂੰ ਦੱਸ ਨਹੀਂ ਸਕਦਾ। ਗੁੰਗੇ ਨੂੰ ਮਠਿਆਈ ਦਾ ਸਵਾਦ ਜਿਵੇਂ ਉਹ ਨਹੀਂ ਦੱਸ ਸਕਦਾ, ਇੱਦਾਂ ਕੋਈ ਵੀ ਨਹੀਂ ਦੱਸ ਸਕਦਾ ਜਿੰਨਾ 'ਚ ਤੁਹਾਨੂੰ ਧੁਰਤੂ ਆਪ ਨਾ ਮਿਲੇ। ਜੇ ਤੁਸੀਂ ਦੋ ਜਾਣੇ ਤਿੰਨ ਜਾਣੇ ਉਹਨਾਂ ਨੂੰ ਮਿਲਿਆ ਹੋਇਆ ਨਾ, ਉਹ ਜਦੋਂ ਇੱਕ ਦੂਜੇ ਨਾਲ ਗੱਲ ਕਰਨਗੇ ਤਾਂ ਉਹ ਇੱਕ ਦੂਜੇ ਦੀ ਗੱਲ ਸਮਝਣਗੇ। ਯਾਨੀ ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ, ਜੇ ਅੰਦਰ ਸਤਿਗੁਰੂ ਹੈਗਾ ਤਾਂ ਜਾਣੋਗੇ, ਨਹੀਂ ਤਾਂ ਨਹੀਂ। ਅਚਰਜ ਕਿਛ ਕਹਿਣ ਨਾ ਜਾਈ, ਅਚਰਜ ਹੈਗਾ ਵੀ ਬਹੁਤ ਹੈਗਾ, ਅਚੰਭਾ ਹੈਗਾ, ਅਤੇ ਇਹਦੇ 'ਚ ਕੁਛ ਤੁਸੀਂ ਕਹਿ ਨਹੀਂ ਸਕਦੇ, ਕਿਉਂ ਉਹਦੀ ਰਜ਼ਾ ਨਾ ਮਿਲਣੀ ਤੁਹਾਨੂੰ ਇਹ ਸਤਿਗੁਰੂ, ਕਿਰਪਾ ਹੋਏਗੀ ਤਾਂ ਸਤਿਗੁਰੂ ਪਾਈਏ, ਕਰਮ ਹੋਣ ਤਾਂ ਸਤਿਗੁਰੂ ਪਾਈਏ, ਪਿਛਲੇ ਕਰਮ ਕੀਤੇ ਹੋਣ ਤਾਂ ਫਿਰ ਸਤਿਗੁਰੂ ਮਿਹਰ ਕਰਦਾ ਹੈਗਾ ਅਕਾਲ ਪੁਰਖ, ਅਤੇ ਸਤਿਗੁਰੂ ਤੁਹਾਨੂੰ ਦਿੰਦਾ ਹੈਗਾ। ਉਸ ਨੂੰ ਤੁਸੀਂ ਸੁਰਤੀ ਨੂੰ ਲੁੱਟਣ ਨਹੀਂ ਚਲਾ ਦਿਓ, ਭਿੱਖ ਭਿੱਖ ਨੇ ਕੱਪੜੇ ਪਾ ਕੇ ਅਤੇ ਗੁਰਦੁਆਰੇ 'ਚ ਫਿਰੋ ਅਤੇ ਉਹਨਾਂ ਨੂੰ ਲੁੱਟੋ, ਬੁੱਧੂ ਆਦਮੀਆਂ ਨੂੰ, ਜਾਂ ਉਹਨੂੰ ਤੁਸੀਂ ਅਕਾਲ ਪੁਰਖ ਦੇ ਖਜ਼ਾਨੇ ਲੁੱਟੋ, ਦੋਨੋਂ ਪਾਸੇ ਜਿਹੜੇ ਪਾਸੇ ਵਿਚਾਰਾ। ਇਸ ਕਰਕੇ ਸਤਿਗੁਰੂ ਅਮਰਦੇਵ ਜੀ ਦੁਬਧਾ ਭੰਨੀ ਸੀਗੀ, ਉਹਨਾਂ ਨੇ ਕਿਹਾ ਸਤਿਗੁਰੂ ਦੇ ਉਹ ਖਜ਼ਾਨੇ ਲੁੱਟੋ, ਇਹ ਨਹੀਂ ਅੱਜ ਧਰਤੀ ਵਾਲੇ ਨਹੀਂ ਲੁੱਟੋ। ਬਸਤ ਅਗੋਚਰ ਅਗੋਚਰ ਫਾਈ, ਬਸਤ ਯਾਨੀ ਕਿ ਜਿਹੜੇ ਟਿਕਾਣਾ ਅਗੋਚਰ ਜਿੱਥੇ ਪਹੁੰਚ ਨਹੀਂ ਸਕਦਾ ਭਾਈ, ਉਹ ਮੈਂ ਪਾਇਆ, ਉਹ ਟਿਕਾਣਾ ਪਾਇਆ ਜਿੱਥੇ ਕੋਈ ਪਹੁੰਚ ਨਹੀਂ ਸਕਦਾ।
रहो, मोल न कुछ करने जोग, क्या को कहे सुनावे मोल। एदा कोई मोल नहीं पा सकता, कीमत नहीं एदी कोई दे सकता। कुछ करने जो ना कोई है, कोई तुसी कर्म करो, कर्म खांड नाल नहीं मिलता, एहो ए ओदी कृपा नाल मिलता, ग्रेस नाल, बल बलराम जीओ। राम जड़ा अंदर वास रहेगा, ते रामचंद्र जड़ा सी ओदी मर्यादा जिसम ते लगदी। राम दी जड़ा, राम अंदर हैगा तुहाडे, सूरज हैगा राम, रामचंद्र राम दा चंद। मोल ना कुछ करने जोगा, क्या क्यों कहे सुनावे, की कोई कह के की कोई सुनावे, किसे नू सुनावे तदे जे अगले दे समझ पवे, समझ तदे पैगी जे अंदर तुहाडे सतगुरु हैगा, सतगुरु दीयां गल्लां सतगुरु ही जाने। जे तुहाडे अंदर सतगुरु होया ते तद तुसी समझोगे। क्राइस्ट थॉमस ओ सीगे ना, जीजे दे 12 कामे सन। एक दा जुड़ा स्कैरियर तो पैसे मगर पिया सी ना, उन्हें तो उन्हें कट दिता अखीर दे लास्ट सफर ते, जा अपना काम कर तू निकल जाए तू। ते बाकी 11 नू लैके गया सी अपने अकाल पुरख दे घर, ते उन्हां दे पैर धोते सीगे स्वागत ले, ते फिर उन्हां नू अमृत छकाया सीगा। उन्हां अमृत सी पहला ब्रैड, दिस इज माई बॉडी Jesus, and then wine, the blood of Christ. Jesus ने करी 5,000 रोटी खिलाई, बड़े खुश हुए कि रोटी दिती सी यावे ने, ब्रह्मा ने पैदा करके दिती सी। बड़ा मज़ेदार सीगा खाना, खा के मज़ेदार बड़े खुश हुए। फिर Jesus ने कहा, लो हुण तुसी सुनो गॉस्पल, कहिंदा unless you eat the flesh of Jesus and drink the blood of Christ, you have no part in me. ਉਹ ਸੀਗੇ ਕਿਤਾਬੀ ਕੀੜੇ, ਜਦੋਂ ਕਹਿੰਦੇ ਵੀ unless you eat the flesh of Jesus, ਉਹ ਕਹਿੰਦੇ ਇਹਨੂੰ ਹੁਣ ਮੈਨੂੰ ਕਹਿੰਦਾ ਹੁਣ ਕੱਟੋ ਛੋਟੇ ਛੋਟੇ ਕਰਕੇ ਅਤੇ ਮੈਨੂੰ ਖਾਓ। ਅਤੇ ਉਹਦੇ ਜਿਹੜੇ ਚੇਲੇ ਸੀ, ਚੇਲੇ ਨਹੀਂ ਕਾਮੇ, ਕਿ ਚੇਲਾ ਕੋਈ ਨਹੀਂ ਸੀ ਉਹਦਾ, ਜਿਹੜੇ ਉਹਦੇ ਕਾਮੇ ਸੀਗੇ ਵਰਕਰਸ ਬ੍ਰਦਰਨ, ਉਹ ਵੀ ਨਾ ਸਮਝਣ ਵੀ ਇਹ ਕੀ ਕਹਿੰਦਾ ਹੈਗਾ। ਫਿਰ ਉਹਨਾਂ ਨੂੰ ਹੌਲੀ ਹੌਲੀ ਉਹਨੇ ਸਮਝਾਇਆ, ਅਤੇ ਜਿਹੜਾ ਉਹਦੇ ਮੂੰਹ 'ਚ ਨਿਕਲੀ ਨਾ, ਮੂੰਹ ਜੀਜੇ ਦਾ ਸੀਗਾ ਨਾ, ਜਿਹੜੀ ਚੀਜ਼ ਮੂੰਹ 'ਚੋਂ ਨਿਕਲੀ ਨਾ, ਉਹ ਐਸ ਕੰਨ ਨਾ ਖਾਣੀ ਹੈਗੀ। ਅਤੇ ਜਦੋਂ ਤੁਸੀਂ ਖਾ ਕੇ ਅਤੇ ਅੰਦਰ ਦਿਲ 'ਤੇ ਲਿਜਾ ਕੇ ਉਹਦੇ ਉਹਨੂੰ ਪਹੁੰਚਾਉਣਾ ਹੈਗਾ ਲੋਜੀਕਲ ਰੀਜ਼ਨਿੰਗ ਇੰਟਿਊਸ਼ਨ ਨਾਲ, ਯਾਨੀ ਉਹ ਜੋ ਆਪ ਵਿਚਾਰੇ, ਜਦੋਂ ਆਪ ਵਿਚਾਰ ਕੇ ਤੁਸੀਂ ਨਾ ਉਸ 'ਤੇ ਕਰਨੀ ਹੈਗੀ, ਫਿਰ ਤੁਸੀਂ ਜਦੋਂ ਪ੍ਰਚਾਰ ਕਰਨਾ ਹੈਗਾ ਨਾ, ਉਦੋਂ ਜੀਜੇ ਦੇ ਕਰਨਾ ਤੁਸੀਂ ਵੀ ਓਨਰ 'ਚ, ਵੀ ਜੀਜੇ ਨੇ ਆ ਕਿਹਾ, ਉਦੋਂ ਤੁਸੀਂ ਵਿਦ ਅਥੋਰਿਟੀ ਕਰਦੇ ਆ ਪ੍ਰਚਾਰ। ਉਹਨੂੰ ਕਹਿੰਦੇ ਡਰਿੰਕਿੰਗ ਦੀ ਬਲੱਡ ਆਫ ਕ੍ਰਾਈਸਟ। ਇਹ ਜਿਹੜਾ ਨਾਮ ਉਹਦਾ ਬੜਾ ਕੌੜਾ ਲੱਗਦਾ ਲੋਕਾਂ ਨੂੰ, ਜਿੱਦਾਂ ਹੈਗਾ ਨਾ ਕਈ 1984 'ਚ ਇੱਕ ਵੀ ਨਹੀਂ ਸਿੱਖ ਮਰਿਆ, ਕਿੱਦਾਂ ਲੋਕ ਪੈਣਗੇ ਤੁਹਾਡੇ ਗੁਰਦੁਆਰੇ 'ਚ ਕਹਿ ਕੇ ਦੇਖੋ ਤਾਂ, ਕਿੱਦਾਂ ਪੈਂਦੇ ਝੜਪ ਸਾਰੇ ਝੜਪੇ ਸ਼ੱਕ ਕੇ। ਸਿੱਖ ਹੈਗਾ ਨਾਦੀ ਰੂਪ, ਆ ਮੇਰਾ ਜੱਟ ਹੈਗਾ ਬਿੰਦੀ ਰੂਪ, ਜੱਟ ਪੈਦਾ ਹੋਇਆ ਜੱਟ ਹੀ ਮਰੂਗਾ, ਸਿੱਖ ਤਾਂ ਹੁੰਦਾ ਸਿੱਖਣ ਵਾਲਾ, ਇਹ ਹੈਗਾ ਨਾਦੀ ਰੂਪ, ਇਹ ਨਾ ਪੈਦਾ ਹੋਇਆ ਅਤੇ ਨਾ ਮਰਿਆ, ਇਹ ਕੂੜ ਹੈਗਾ, ਕੂੜ ਡੋਬੇ ਪੂਰ, ਪੂਰ ਡੁੱਬੇ ਨਾ ਫਿਰ 1984 ਅਤੇ 1947 'ਚ, ਇਹ ਹੈਗਾ। ਅਤੇ ਵੀ ਕਿਆ ਕੋ ਕਹੇ ਸੁਣਾਏ, ਕੋਈ ਨਹੀਂ ਕਹਿ ਸਕਦਾ, ਇਹ ਅਕੱਥ ਹੈਗਾ, ਇਹ ਕਥਿਆ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ। ਕਥਨ ਕਹਿਣ ਕੋ ਸੋਝੀ ਨਾਹੀਂ, ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਪੇਖੇ ਤਿਸ ਬਣ ਆਵੇ। ਇਹ ਇਹ ਕਥਨ ਨਾਲ ਨਹੀਂ, ਇਹ ਲਿਖਣ ਨਾਲ ਨਹੀਂ, ਕਿਤਾਬਾਂ ਲਿਖ ਕੇ ਨਹੀਂ, ਇਸ ਲੋਕਾਂ ਦੇ ਪੱਲੇ ਪੈਂਦੀ ਚੀਜ਼, ਉਹ ਕਥਿਤ ਕਿਤਾਬ ਤਾਂ ਲਿਖਦੇ, ਜਿੱਦਾਂ ਮੈਂ ਲਿਖ ਦਿੰਦਾ ਆਰਟੀਕਲ ਵਗੈਰਾ, ਉਹ ਪੱਲੇ ਨਹੀਂ ਕਿਸੇ ਦੇ ਪੈਂਦੀ, ਜਿੰਨਾ ਚਿਰ ਉਹ ਜਿਹੜੀ ਤੀਜੀ ਅੱਖ ਹੈਗੀ ਮਨ ਦੀ, ਪੇਖਣ ਵਾਲੀ, ਪੇਖਣ ਹੁੰਦਾ ਉਹਨੂੰ ਡਿਸਰਨਿੰਗ ਇੰਟਲੈਕਟ, ਯਾਨੀ ਕਿ ਉਹਦੀ ਛਾਣਬੀਨ ਕਰਨ ਲਈ। ਇਹ ਜਿਹੜਾ ਨਾ ਦੁੱਧ ਜਿਹੜਾ ਨਾ ਤੁਸੀਂ ਆ ਜਿਹੜੀ ਨਾ ਆਪਣੇ
ਬ੍ਰਹਮਾ ਦੀ ਬਾਣੀ, ਵੇਦ ਵੇਦਾਂ ਦੀ ਬਾਣੀ, ਇਹ ਹੈਗਾ ਦੁੱਧ। ਇਹ ਤੁਸੀਂ ਗਲਪ ਕਰ ਜਾਂਦੇ, ਪੀ ਜਾਂਦੇ, ਜੋ ਪੜ੍ਹਦੇ ਆ ਉਹੀ ਸੁਣਾ ਦਿੰਦੇ ਆ ਵੇਦ। ਅਤੇ ਜਿਹੜੀ ਹੈਗੀ ਬਾਣੀ ਹੈਗੀ ਤੁਰਕੀ ਬਾਣੀ, ਉਹ ਤੁਹਾਨੂੰ ਫਿਰ ਦੰਦ ਚਾਹੀਦੇ ਨੇ। ਦੰਦ ਹੈਗੇ ਲੌਜੀਕਲ ਰੀਜ਼ਨਿੰਗ, ਦੰਦਾਂ ਨਾਲ ਤੁਸੀਂ ਉਹ ਮਾਸ ਜਿਹੜਾ ਨਾ ਉਹ ਤੁਸੀਂ ਖਾਣਾ ਹੈਗਾ। ਲੌਜੀਕਲ ਰੀਜ਼ਨਿੰਗ ਕਰਕੇ ਅੰਦਰ ਤੁਸੀਂ ਉਸਨੇ ਅਸਲੀਅਤ ਪਤਾ ਕਰਨੀ ਵੀ ਆਹ ਕੀ ਮਤਲਬ ਇਹਦਾ ਹੈਗਾ। ਜਦੋਂ ਪਤਾ ਲੱਗ ਗਿਆ ਨਾ, ਤਦ ਫਿਰ ਤੁਸੀਂ ਉਹਦਾ ਪ੍ਰਚਾਰ ਕਰਦੇ ਆ ਲੋਕਾਂ 'ਚ। ਉਹਨੂੰ ਕਹੀਦਾ ਦੇਖਣਾ, ਦੇਖਣਾ ਹੈਗਾ ਦੋ ਅੱਖਾਂ ਨਾਲ। ਇਹ ਤ੍ਰੈ ਗੁਣੀ ਮਾਇਆ ਦੇਖੀ ਦੀ ਹੈਗੀ, ਜਿਹੜੀ ਤੁਰਿਆ ਦੀ ਮਾਇਆ ਹੈਗੀ ਉਹ ਪੇਖੀ ਦੀ ਹੈਗੀ। ਜੋ ਪੇਖੇ ਤਿਸ ਬਣ ਆਵੇ, ਜਿਹੜਾ ਪੇਖਦਾ ਹੈਗਾ ਨਾ, ਜਿਹੜਾ ਲੌਜੀਕਲ ਰੀਜ਼ਨਿੰਗ ਕਰਦਾ ਨਾ, ਉਹਨੂੰ ਫਿਰ ਸਮਝ ਆ ਜਾਂਦੀ ਹੈਗੀ, ਦੂਜਿਆਂ ਦੇ ਨਹੀਂ ਸਮਝ ਪੈਂਦੀ। ਯਾਨੀ ਕਿ ਗਿਆਨੀ ਉਹ ਜੋ ਆਪ ਵਿਚਾਰੇ, ਸੋਈ ਜਾਣੇ ਕਰਨੇ ਹਾਰਾ, ਸੋਈ ਜਾਣੇ ਜਾਂ ਉਹ ਜਾਣਦਾ ਜਿਹਨੇ ਜਿਹੜਾ ਕਰਨ ਹਾਰਾ ਹੈਗਾ, ਅਕਾਲ ਪੁਰਖ ਜਾਣਦਾ, ਜਾਂ ਫਿਰ ਤੁਸੀਂ ਉਹਦੇ ਸਿੱਖ ਜਾਣਦੇ, ਉਹਦੇ ਸਤਿਗੁਰੂ ਜਾਣਦਾ ਹੈਗਾ, ਕੀਤਾ ਕਿਆ ਵਿਚਾਰਾ। ਅਤੇ ਅਸੀਂ ਕੀ ਉਹ ਸੋਚ ਕਰ ਸਕਦੇ ਹਾਂ, ਉਹ ਇਹ ਸਾਰੇ ਜਿਹੜੀ ਮਾਇਆ ਉਹਦੀ ਹੈਗੀ, ਉਹ ਪੇਖੀ ਦੀ ਹੈਗੀ ਤਾਂ ਆ ਜਾਂਦੀ ਹੈਗੀ, ਅਤੇ ਉਹਦੀ ਮਾਇਆ ਉਹੀ ਜਾਣੇ। ਆਪਣੀ ਗੱਥਮਿਤ ਆਪੇ ਜਾਣੇ, ਹਰ ਆਪੇ ਪੂਰ ਭੰਡਾਰਾ। ਆਪਣੀ ਜਿਹੜੀ ਗੱਤ ਹੈਗੀ, ਜਿਹੜੀ ਹਾਲਤ ਹੈਗੀ, ਮੱਤ ਹੈਗੀ, ਅਕਲ ਹੈਗੀ, ਆਪੇ ਜਾਣੇ, ਉਹੀ ਆਪੇ ਹੀ ਜਾਣਦਾ ਹੈਗਾ। ਹਰ ਆਪੇ ਪੂਰ ਭੰਡਾਰਾ, ਆਪ ਪੂਰਾ ਭੰਡਾਰ ਹੈਗਾ, ਉਹਦੇ 'ਚ ਐਨ ਨਕੋ ਨੱਕ ਭਰਿਆ ਹੋਇਆ, ਕੋਈ ਉਹਦੇ 'ਚ ਕਮੀ ਨਹੀਂ ਹੈਗੀ। ਐਸਾ ਰਸ ਅੰਮ੍ਰਿਤ ਮਨ ਚੱਖਿਆ, ਐਸਾ ਰਸ ਇਹ ਅੰਮ੍ਰਿਤ ਨੇ ਚੱਖਣਾ ਹੈਗਾ, ਇਹ ਮਨ ਨੇ ਚੱਖਣਾ ਹੈਗਾ। ਜਿਹੜਾ ਹੋਮੇ 'ਚ ਹੈਗਾ ਨਾ, ਹੋਮੇ 'ਚ ਆਦਮੀ ਉਹ ਨਹੀਂ ਚੱਖ ਸਕਦਾ। ਅਤੇ ਇਸੇ ਕਰਕੇ ਸਤਿਗੁਰੂ ਅੰਗਦ ਦੇਵ ਜੀ ਨੇ ਜਿਹੜੇ ਉਹਨਾਂ ਦੇ ਸਿੱਖ ਸੀਗੇ, ਉਹਨਾਂ ਦੀ ਹੋਮੇ ਮਾਰੀ, ਉਹਨਾਂ ਤੋਂ ਕੁਸ਼ਤੀਆਂ ਕਰਵਾਉਂਦੇ ਸੀਗੇ। ਭਲਵਾਨ ਸੀਗੇ ਪਰ ਕਿਸੇ ਦੇ ਹੱਥ ਨਹੀਂ ਚੱਕਦੇ ਸੀ, ਜਾਂ ਕੌੜਾ ਬਚਨ ਨਹੀਂ ਸੀ ਬੋਲਦੇ। ਅਤੇ ਫਿਰ ਸੀਗਾ ਉਹਨਾਂ ਦੇ ਵੀ ਉੱਥੇ ਮੀਂਹ ਨਹੀਂ ਪਿਆ, ਉਹ ਤਪੇ ਮਗਰ ਲੱਗੇ ਹੋਏ ਸੀ ਵੀ ਤਪਾ ਬਰਾ ਕੇ ਦੂਗਾ ਜੀ, ਆਦਮੀ ਦੇ ਮਗਰ ਲੱਗੇ ਸੀ। ਉਹਨੇ ਕਿਹਾ ਆਦਮੀ ਤੋਂ ਨਹੀਂ ਮਿਲਣੀ ਆਈ ਚੀਜ਼, ਹੈ ਅਕਾਲ ਪੁਰਖ ਤੋਂ ਮਿਲਣੀ ਹੈਗੀ। ਅਤੇ ਉਹਨਾਂ ਨੇ ਫਿਰ ਕੱਢ ਦਿੱਤਾ ਸੀ ਉਹਦੇ ਪਿੰਡੋਂ ਵੀ ਨਹੀਂ ਮੀਂਹ ਪੜਦਾ, ਅਤੇ ਫਿਰ ਵੀ ਨਹੀਂ ਪਿਆ ਮੀਂਹ। ਜਦੋਂ ਨਿਕਲ ਗਿਆ ਤਾਂ ਤਪੇ ਨੇ ਜ਼ੋਰ ਲਾ ਲਿਆ, ਨਹੀਂ ਲੱਗ ਭਰਿਆ। ਫਿਰ ਉਹਨਾਂ ਨੂੰ ਭੁੱਲ ਮੰਗੀ ਅਤੇ ਵਾਪਸ ਬੁਲਾਇਆ, ਅਤੇ ਫਿਰ ਉਹਨਾਂ ਦੀ ਹੋਮੇ ਭੱਜੀ, ਫਿਰ ਉਹ ਸਿੱਖ ਬਣੇ। ਇਸ ਕਰਕੇ ਇਹਨਾਂ ਨੂੰ ਸਿੱਖੀ ਦਾ ਧੁਰਾ ਕਹੀਦਾ ਹੈ। ਐਸਾ ਅੰਮ੍ਰਿਤ, ਐਸਾ ਰਸ ਅੰਮ੍ਰਿਤ ਮਨ ਚਾਖਿਆ, ਮਨ ਫਿਰ ਜਦੋਂ ਜਾਗ ਪਵੇ ਨਾ ਫਿਰ ਉਹ ਚੱਖਦਾ ਹੈਗਾ। ਯਾਨੀ ਕਿ ਇਹ ਆਦਮੀ ਤੋਂ ਨਹੀਂ ਮਿਲਦਾ ਕਿਸੇ ਤੋਂ, ਇਹ ਜਿਹੜਾ ਹੈਗਾ ਇਹ ਰਸ ਹੈਗਾ, ਇਹ ਮਨ ਤੁਹਾਡਾ ਚੱਖਦਾ ਹੈਗਾ, ਮਨ ਜਿਹੜਾ ਹੈਗਾ ਉਹ ਪੇਖਦਾ ਹੈਗਾ। ਤ੍ਰਿਪਤ ਰਹੇ ਅਗਾਈ, ਫਿਰ ਉਹ ਰੱਜਿਆ ਰਹਿੰਦਾ ਹੈਗਾ, ਉਹਨੂੰ ਕੋਈ ਉਹਨੂੰ ਖਜ਼ਾਨਾ ਮਿਲ ਜਾਂਦਾ, ਗੁਰਮੁਖ ਬਣ ਜਾਂਦਾ, ਅਤੇ ਫਿਰ ਉਹ ਰੱਜਿਆ ਰਹਿੰਦਾ ਹੈਗਾ। ਇਹ ਹੈਗਾ ਨਾ ਆਪਣੇ ਠਹਿਰ ਜਾ, ਹੈਗਾ ਨਾ ਹੋਮੇ, ਇਹਦੇ 'ਚ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ ਅਤੇ ਉਹਨਾਂ ਸੁਰਤੀ ਵਾਲੇ ਬਣਾਏ, ਸੁਰਤੀ ਵਾਲੇ ਬਣਾਏ। ਉਹਨਾਂ ਦੁਬਧਾ ਭੰਨੀ, ਇਸ ਪਾਸੇ ਵੱਲ ਨਾ ਜਾਓ, ਮਾਇਆ ਵੱਲ ਗੁਰਮੁਖ ਬਣੋ। ਜਿਹੜੇ ਗੁਰਮੁਖ ਬਣ ਗਏ ਉਹਨਾਂ ਨੇ ਫਿਰ ਉਹ ਅੰਮ੍ਰਿਤ ਚੱਖਿਆ, ਅਤੇ ਉਹਨਾਂ ਨੂੰ ਫਿਰ ਕਦੀ ਤੋਟ ਨਹੀਂ ਆਈ, ਉਹ ਰੱਜੇ ਰਹੇ। ਕਹੋ ਨਾਨਕ ਮੇਰੀ ਆਸਾ, ਵੀ ਇਹ ਮੇਰੀ ਆਸਾ ਸੀਗੀ, ਇਹ ਮੇਰਾ ਮਕਸਦ ਸੀਗਾ। ਪੂਰੀ ਸਤਿਗੁਰੂ ਕੀ ਸਰਨਾਈ, ਇਹ ਕਿੰਨਾ ਪਾਈ ਮੈਂ, ਪੂਰੀ ਮੈਂ ਟੋਟਲੀ ਆਪਣੇ ਸਤਿਗੁਰੂ ਨੂੰ ਸੌਂਪ ਦਿੱਤਾ। ਆਪਣੇ ਜਿਹੜਾ ਅੰਦਰ ਹੈਗਾ ਜਿਹੜਾ ਸਤਿਗੁਰੂ, ਸਤਿਗੁਰੂ ਕੀ ਸਰਨਾਈ, ਮੈਂ ਉਹਦੇ ਮੁਤਾਬਕ ਚੱਲਿਆ, ਮੈਂ ਕਿਸੇ ਦੇ ਲੋਕਾਂ ਦੇ ਮੁਤਾਬਕ ਨਹੀਂ ਚੱਲਿਆ। ਜਿੱਦਾਂ ਉਹ ਸੀਗੇ ਨਾ ਸਤਿਗੁਰੂ ਅੰਗਦ ਦੇਵ ਜੀ ਦੇ ਲੱਗੇ ਹੋਏ ਨੇ ਤਪੇ ਦੇ ਮਗਰ,
ਤੇ ਆ ਜਿਹੜੇ ਲੱਗ ਜਾਂਦੇ ਰਾਧਾ ਸਵਾਮੀ ਦੇ ਮਗਰ ਲੱਗ ਗਏ ਨੇ ਜਾਂ ਹੋਰ ਕਿਸੇ ਮਗਰ ਲੱਗ ਗਏ, ਉਹਨਾਂ ਤੋਂ ਨਹੀਂ ਮਿਲਦਾ ਹੈ ਰਸ, ਇਹ ਤੁਹਾਡੇ ਸਤਿਗੁਰੂ ਅੰਦਰ ਜਿਹੜਾ ਬੈਠਾ ਉਹਦੀ ਸਰਨਾਈ ਲਵੋ, ਤਦ ਤੁਹਾਨੂੰ ਉਹ ਰਸ ਮਿਲਣਗੇ। ਇਹ ਹੈਗੇ ਕੰਜਰ, ਜਿਹੜੇ ਰਾਧਾ ਸਵਾਮੀ ਹੋਇਆ ਡੇਰੇ ਵਾਲਾ ਹੋਇਆ, ਇਹ ਬਾਬੇ ਬੂਬੇ ਕੰਜਰ ਹੈਗੇ ਨੇ, ਤੇ ਜਿਹੜੇ ਉਹਦੇ ਮਗਰ ਲੱਗੀਆਂ ਨੇ ਉਹ ਕਮਜਾਤਾਂ ਨੇ। ਹੁਣ ਰਾਧਾ ਸਵਾਮੀ ਬੜਾ ਮੋਮ ਬੜਾ ਮਿੱਠਾ ਹੈਗਾ ਤੇ ਮੋਮ ਬਣ ਕੇ ਬੈਠਾ ਹੈਗਾ, ਜੇ ਉੱਥੇ ਜਾਈਦਾ ਉਹਦਾ ਕਰਦਾ ਹੈਗਾ ਪ੍ਰਕਾਸ਼ ਤੇ ਹੈਗਾ, ਜੇ ਕੋਈ ਚਿੜੀ ਨਹੀਂ ਫਟਕਦੀ, ਯਾਨੀ ਇੰਨੀ ਸ਼ਾਂਤ ਹੁੰਦੀ ਹੈਗੀ, ਸ਼ਾਂਤ ਹੁੰਦੀ ਕਬਰਸਤਾਨ ਵਿੱਚ। ਉਹ ਸਾਰੇ ਮਰੇ ਹੋਏ ਤਾਂ ਬੈਠੇ ਉੱਥੇ, ਕੋਈ ਜਾਗਿਆ ਹੋਵੇ ਤਾਂ ਉਹਨੂੰ ਅਕਲ ਹੋਵੇ ਵੀ ਇਹਦੇ ਤੋਂ ਕੀ ਮਿਲਣਾ, ਆਪ ਤੁਸੀਂ ਖੋਜਣਾ ਹੈਗਾ, ਆਪ ਤਾਂ ਖੋਜਣ ਨਹੀਂ ਦਿੰਦਾ ਉਹ, ਅਤੇ ਨਾ ਹੀ ਉਹ ਖੋਜਣ ਦੀ ਸ਼ਕਤੀ ਹੈਗੀ ਜਿੰਨਾ ਚਿਰ ਅਕਾਲ ਪੁਰਖ ਨਾ ਦੇਵੇ। ਹੈਗੇ ਦਿਲ ਸਾਫ਼ ਉਹਨਾਂ ਦੇ ਕਈਆਂ ਦੇ, ਲੇਕਿਨ ਉਹਦੇ ਮਗਰ ਲੱਗੇ ਹੋਏ ਨੇ। ਜਿੱਦਾਂ ਹੀ ਲਿਖੇ ਨਾ ਸਾਧ ਸਿੱਧਕ ਜਿਹੜੇ ਕਈ ਮੋਮ ਵੱਟ ਕੇ ਬਹਿ ਜਾਂਦੇ ਨੇ, ਕੋਈ ਉਹ ਤਪੱਸਿਆ ਕਰਨ ਲੱਗ ਪੈਂਦੇ ਨੇ, ਇੱਦਾਂ ਨਹੀਂ ਮਿਲਦਾ। ਇਹ ਸਤਿਗੁਰੂ ਉਹਨੂੰ ਮਿਲੇਗਾ ਜਿਹੜਾ ਖਜ਼ਾਨੇ ਲੁੱਟੇਗਾ ਉਹਦੇ, ਅਤੇ ਫਿਰ ਵੰਡੇਗਾ, ਵੰਡੇਗਾ ਤਦੇ ਜੇ ਉਹਦੇ ਸਮਝ ਪੈਗੀ। ਅਤੇ ਇਸ ਕਰਕੇ ਤੁਹਾਡੇ ਅੰਦਰ ਹੀ ਸਤਿਗੁਰੂ ਹੈਗਾ, ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ, ਸਤਿਗੁਰੂ ਨਾਨਕ ਦੀਆਂ ਗੱਲਾਂ ਤਦੇ ਸਮਝ ਆਉਣਗੀਆਂ ਜੇ ਤੁਹਾਡੇ ਅੰਦਰ ਸਤਿਗੁਰੂ ਦਾ ਵਾਸਾ ਹੈਗਾ। ਸਤਿਗੁਰੂ ਤੁਹਾਨੂੰ ਨਿਆਰਾ ਬਣਾਉਂਦਾ, ਅਤੇ ਉਹ ਜਿਹੜੀ ਗਲੀ ਹੈਗੀ ਜਿਹੜਾ ਜਾਂਦੀ ਹੈਗੀ ਵਿੰਜਾਰਡ ਆਫ ਗੋਡ, ਜੀਜ਼ ਕਹਿੰਦਾ ਦੇ ਆਰ ਟੂ ਫੋਲਡ, ਵਨ ਇਜ਼ ਦੀ ਫੋਲਡ ਆਫ ਗੋਡ ਵਿਚ ਹੈਜ਼ ਏ ਨੈਰੋ ਗੇਟ ਵਿਚ ਦੀ ਸੋਲਿਟਰੀ ਫਾਇੰਡ ਇਟ। ਤੁਹਾਨੂੰ ਫਾਇੰਡ ਕਰਨਾ ਪੈਣਾ ਉਹ ਗੇਟ, ਫਿਰ ਅੰਦਰ ਜਾਓਗੇ ਤਾਂ ਅੰਦਰ ਫਿਰ ਉਹ ਸਤਿਗੁਰੂ ਨਾਨਕ ਦੀ ਬੇਲ ਲੱਗੀ ਹੋਏਗੀ, ਸਤਿਗੁਰੂ ਜੀ ਜੀ ਦੀ ਅਤੇ ਨਾਨਕ ਦੀ ਬੇਲ ਲੱਗੀ ਹੋਈ ਹੈ, ਉਹਦੇ ਨਾਲ ਤੁਸੀਂ ਕ੍ਰਾਫਟ ਕਰੋਗੇ ਫਿਰ ਤੁਹਾਨੂੰ ਅੰਮ੍ਰਿਤ ਨਾਮ ਮਿਲੇਗਾ। ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ, ਉਹ ਸਤਿਗੁਰੂ ਨੇ ਜੋ ਬੋਲਿਆ ਹੈਗਾ ਉਹ ਤੁਹਾਡੇ ਪੱਲੇ ਪਏਗਾ, ਫਿਰ ਆ ਕੇ ਬਾਹਰ ਤੁਸੀਂ ਪ੍ਰਚਾਰ ਕਰੋਗੇ। ਅਤੇ ਇੱਕ ਹੈਗਾ ਖੁੱਲ੍ਹਾ ਦਰਵਾਜ਼ਾ, ਜਿੱਦਾਂ ਤੁਰੇ ਫਿਰਦੇ ਭਿੰਡਰਾਂ ਦੇ ਵਾਲੇ ਦੇ ਮਗਰ ਤੁਰੇ ਫਿਰਦੇ ਸੀਗੇ ਅਤੇ ਚੰਗੇ ਉਹ ਨਿੰਬਰਵਾਏ, ਅਤੇ ਇਹ ਹੈਗੀ ਇਹਦੀ ਵਿਆਖਿਆ।